ਇੱਕ ਤੇਜ਼ ਰਫ਼ਤਾਰ ਕੈਂਟਰ ਬੇਕਾਬੂ ਹੁੰਦਾ ਹੁੰਦਾ ਸਿੱਧਾ ਹੀ ਦੁਕਾਨਾਂ ਦੇ ਵਿੱਚ ਜਾ ਵੱਜਿਆ। ਦੱਸਦੀ ਹੈ ਕਿ ਦੁਕਾਨ ਦੀ ਕੰਧ ਤੋੜ ਕੇ ਉਸਦੇ ਅੰਦਰ ਵੜ ਗਿਆ ਤੇ ਇਸ ਦੌਰਾਨ ਇੱਕ ਸ਼ਖਸ ਚਪੇਟ ਦੇ ਵਿੱਚ ਆਇਆ ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਤਾਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਹਿਲਾਂ ਤਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਕਈ ਦੁਕਾਨਾਂ ਦੇ ਵਿੱਚ ਟੱਕਰ ਮਾਰੀ, ਉਸ ਤੋਂ ਬਾਅਦ ਦੇ ਵਿੱਚ ਇੱਕ ਦੁਕਾਨ ਦੀ ਕੰਧ ਤੋੜ ਕੇ ਉਸਦੇ ਅੰਦਰ ਜਾ ਵੜਿਆ। ਤਾਂ ਦੱਸ ਦਈਏ ਕਿ ਡਰਾਈਵਰ ਕੈਂਟਰ ਦਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਜੰਮੂ ਤੋਂ ਦਿੱਲੀ ਦੇ ਵੱਲ ਇਹ ਕੈਂਟਰ ਜਾ ਰਿਹਾ ਸੀ ਤਾਂ ਪਠਾਨਕੋਟ ਦੇ ਕੋਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਕੈਂਟਰ ਤੇਜ਼ ਰਫ਼ਤਾਰ ਅਚਾਨਕ ਹੀ ਬੇਕਾਬੂ ਹੋ ਜਾਂਦਾ ਹੈ। ਬੇਕਾਬੂ ਹੋਣ ਤੋਂ ਬਾਅਦ ਪਹਿਲਾਂ ਤਾਂ ਕਈ ਦੁਕਾਨਾਂ ਦੇ ਵਿੱਚ ਟੱਕਰ ਮਾਰਦਾ ਅਤੇ ਫਿਰ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਦੁਕਾਨ ਦੀ ਕੰਧ ਤੋੜ ਕੇ ਅੰਦਰ ਵੜ ਜਾਂਦਾ। ਹਾਲਾਂਕਿ ਦੁਕਾਨ ਦੇ ਬਾਹਰ ਕੁਝ ਸ਼ਖਸ ਖੜ੍ਹੇ ਸੀ ਅਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਇਸ ਟਰੱਕ ਦੀ ਚਪੇਟ ਦੇ ਵਿੱਚ ਆ ਗਿਆ ਅਤੇ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਤਾਂ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕੈਂਟਰ ਅੱਗੋ ਤੀ ਬੁਰੇ ਤਰੀਕੇ ਦਾ ਨਾਲ ਨੁਕਸਾਨਿਆ ਹੋਇਆ ਸਾਫ਼ ਦੇਖਿਆ ਜਾ ਸਕਦਾ ਹੈ। ਤਾਂ ਇਹ ਤਸਵੀਰਾਂ ਖੁਦ ਬ ਖੁਦ ਬਿਆਨ ਕਰ ਰਹੇ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਤਾਂ ਪਠਾਨਕੋਟ ਤੋਂ ਇਹ ਖਬਰ ਸਾਹਮਣੇ ਆਈ ਹੈ। ਹਾਲਾਂਕਿ ਮੌਕੇ ਦੇ ਉੱਤੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪਠਾਨਕੋਟ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕੈਂਟਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਕ ਦੁਕਾਨ ਦੀ ਕੰਧ ਤੋੜ ਕੇ ਸਿੱਧਾ ਅੰਦਰ ਵੜ ਗਿਆ ਅਤੇ ਇੱਕ ਸ਼ਖਸ ਨੂੰ ਵੀ ਇਸਨੇ ਆਪਣੀ ਚਪੇਟ ਦੇ ਵਿੱਚ ਲਿਆ, ਜਿਸਨੇ ਕਿ ਇਲਾਜ ਦੇ ਦੌਰਾਨ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਇਹ ਟਰੱਕ ਆ ਉਹ ਆਇਆ ਓਵਰ ਸਪੀਡ 'ਤੇ ਆਇਆ, ਉੱਥੋਂ ਰੋਣ ਦਾ ਹੀ ਆਇਆ। ਪਹਿਲਾਂ ਸੇਵੇ ਦੇ ਫਰਨੀਚਰ 'ਚ ਵੱਜਿਆ, ਫਿਰ ਮੇਰੀਆਂ ਦੁਕਾਨਾਂ 'ਚ ਵੱਜਿਆ, ਵੱਜਦਾ ਵੱਜਦਾ ਫਿਰ ਸੇਵੇ ਦੇ ਫਰਨੀਚਰ ਦੀ ਕੰਧ ਢਾ ਕੇ ਉਹ ਇੱਕ ਬੰਦਾ ਜਿਹੜਾ ਬਾਹਰ ਬੈਠਾ ਸੀ ਉਹਨੂੰ ਨਾਲ, ਉਹ ਮੁੰਡੇ ਦਾ ਨਾਂ ਹੈਗਾ ਨੰਦ ਸਿੰਘ ਦਾ ਪੋਤਰਾ, ਨੰਦ ਸਿੰਘ ਦਾ ਪੋਤਰਾ ਅਤੇ ਪੱਪੇ ਟੇਲੇ ਦਾ ਮੁੰਡਾ, ਉਹਨੂੰ ਨਾਲ ਹੀ ਖਿੱਚ ਕੇ ਲੈ ਗਏ ਆ। ਮੁੰਡੇ 'ਚ ਸੱਟਾਂ ਜ਼ਿਆਦਾ ਲੱਗੀਆਂ, ਆਪਾਂ ਸਿਵਲ ਹਸਪਤਾਲ ਦਸੂਏ ਦਾਖਲ ਕਰਾਇਆ ਉਹਨੂੰ। ਦੁਕਾਨਾਂ ਦਾ ਨੁਕਸਾਨ 2.5-3 ਲੱਖ ਦਾ ਹੈਗਾ। ਮੁੰਡੇ ਦੀ ਕੀ ਹਾਲਤ ਜੇਕਰ ਗੱਲ ਕਰੀਏ? ਮੁੰਡੇ ਦੀ ਕੰਡੀਸ਼ਨ ਖਰਾਬ ਹੀ ਹੈ। ਦੇਖੋ ਅਸੀਂ ਜੰਗ ਬਲੱਡ ਵਾਸਤੇ ਸਾਰੇ ਅਰੇਂਜ ਕਰ ਲਿਆ, ਜੇ ਮਾਲਕ ਦੀ ਮੌਜ ਹੋਈ ਸ਼ਾਇਦ ਬਚ ਹੀ ਜਾਏ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਦਸੇ ਦੇ ਕਾਰਨਾਂ ਦਾ ਜਾਂ ਕੀ? ਪ੍ਰਸ਼ਾਸਨ ਇਹ ਮੰਗ ਕਰਦੇ ਆ ਗੱਡੀ ਨੰਬਰ ਦੇ ਜਿਹੜੇ ਬੰਦੇ ਡਰਾਈਵਰ 3 ਸੀ, 2 ਦੌੜ ਗਏ, 1 ਬੰਦਾ ਕਾਬੂ ਆ ਗਿਆ। ਇੱਕ ਤੇਜ਼ ਰਫ਼ਤਾਰ ਕੈਂਟਰ ਬੇਕਾਬੂ ਹੁੰਦਾ ਹੁੰਦਾ ਸਿੱਧਾ ਹੀ ਦੁਕਾਨਾਂ ਦੇ ਵਿੱਚ ਜਾ ਵੱਜਿਆ। ਦੱਸ ਦਈਏ ਕਿ ਦੁਕਾਨ ਦੀ ਕੰਧ ਤੋੜ ਕੇ ਉਸਦੇ ਅੰਦਰ ਵੜ ਗਿਆ ਅਤੇ ਇਸ ਦੌਰਾਨ ਇੱਕ ਸ਼ਖਸ ਚਪੇਟ ਦੇ ਵਿੱਚ ਆਇਆ ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਤਾਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਹਿਲਾਂ ਤਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਕਈ ਦੁਕਾਨਾਂ ਦੇ ਵਿੱਚ ਟੱਕਰ ਮਾਰੀ, ਉਸ ਤੋਂ ਬਾਅਦ ਦੇ ਵਿੱਚ ਇੱਕ ਦੁਕਾਨ ਦੀ ਕੰਧ ਤੋੜ ਕੇ ਉਸਦੇ ਅੰਦਰ ਜਾ ਵੜਿਆ। ਤਾਂ ਦੱਸ ਦਈਏ ਕਿ ਡਰਾਈਵਰ ਕੈਂਟਰ ਦਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਜੰਮੂ ਤੋਂ ਦਿੱਲੀ ਦੇ ਵੱਲ ਇਹ ਕੈਂਟਰ ਜਾ ਰਿਹਾ ਸੀ ਤਾਂ ਪਠਾਨਕੋਟ ਦੇ ਕੋਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਕੈਂਟਰ ਤੇਜ਼ ਰਫ਼ਤਾਰ ਅਚਾਨਕ ਹੀ ਬੇਕਾਬੂ ਹੋ ਜਾਂਦਾ ਹੈ। ਬੇਕਾਬੂ ਹੋਣ ਤੋਂ ਬਾਅਦ ਪਹਿਲਾਂ ਤਾਂ ਕਈ ਦੁਕਾਨਾਂ ਦੇ ਵਿੱਚ ਟੱਕਰ ਮਾਰਦਾ ਅਤੇ ਫਿਰ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਦੁਕਾਨ ਦੀ ਕੰਧ ਤੋੜ ਕੇ ਅੰਦਰ ਵੜ ਜਾਂਦਾ। ਹਾਲਾਂਕਿ ਦੁਕਾਨ ਦੇ ਬਾਹਰ ਕੁਝ ਸ਼ਖਸ ਖੜ੍ਹੇ ਸੀ ਅਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਇਸ ਟਰੱਕ ਦੀ ਚਪੇਟ ਦੇ ਵਿੱਚ ਆ ਗਿਆ ਅਤੇ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਤਾਂ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕੈਂਟਰ ਅੱਗੋ ਤੀ ਬੁਰੇ ਤਰੀਕੇ ਦਾ ਨਾਲ ਨੁਕਸਾਨਿਆ ਹੋਇਆ ਸਾਫ਼ ਦੇਖਿਆ ਜਾ ਸਕਦਾ ਹੈ। ਤਾਂ ਇਹ ਤਸਵੀਰਾਂ ਖੁਦ ਬ ਖੁਦ ਬਿਆਨ ਕਰ ਰਹੇ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਤਾਂ ਪਠਾਨਕੋਟ ਤੋਂ ਇਹ ਖਬਰ ਸਾਹਮਣੇ ਆਈ ਹੈ। ਹਾਲਾਂਕਿ ਮੌਕੇ ਦੇ ਉੱਤੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪਠਾਨਕੋਟ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕੈਂਟਰ ਦਾ
ਕਹਿਰ ਦੇਖਣ ਨੂੰ ਮਿਲਿਆ। ਇੱਕ ਦੁਕਾਨ ਦੀ ਕੰਧ ਤੋੜ ਕੇ ਸਿੱਧਾ ਅੰਦਰ ਵੜ ਗਿਆ ਤੇ ਇੱਕ ਸ਼ਖਸ ਨੂੰ ਵੀ ਇਸਨੇ ਆਪਣੀ ਚਪੇਟ ਦੇ ਵਿੱਚ ਲਿਆ, ਜਿਸਨੇ ਕਿ ਇਲਾਜ ਦੇ ਦੌਰਾਨ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਇਹ ਟਾਕਾ ਉਹ ਆਇਆ ਓਵਰ ਸਪੀਡ ਤੇ ਆਇਆ, ਉੱਥੋਂ ਰੋਣ ਦਾ ਹੀ ਆਇਆ। ਪਹਿਲਾਂ ਸੇਵੇ ਦੇ ਫਰਨੀਚਰ 'ਚ ਵੱਜਿਆ, ਫਿਰ ਮੇਰੀਆਂ ਦੁਕਾਨਾਂ 'ਚ ਵੱਜਿਆ, ਵੱਜਦਾ ਵੱਜਦਾ ਫਿਰ ਸੇਵੇ ਦੇ ਫਰਨੀਚਰ ਦੀ ਕੰਧ ਢਾ ਕੇ ਉਹ ਇੱਕ ਬੰਦਾ ਜਿਹੜਾ ਬਾਹਰ ਬੈਠਾ ਸੀ ਉਹਨੂੰ ਨਾਲ, ਉਹ ਮੁੰਡੇ ਦਾ ਨਾਂ ਹੈਗਾ ਨੰਦ ਸਿੰਘ ਦਾ ਪੋਤਰਾ, ਨੰਦ ਸਿੰਘ ਦਾ ਪੋਤਰਾ ਅਤੇ ਪੱਪੇ ਟੇਲੇ ਦਾ ਮੁੰਡਾ ਹੈ, ਉਹਨੂੰ ਨਾਲ ਹੀ ਖਿੱਚ ਕੇ ਲੈ ਗਿਆ। ਮੁੰਡੇ ਦੀ ਸੱਟਾਂ ਜ਼ਿਆਦਾ ਲੱਗੀਆਂ, ਆਪਾਂ ਸਿਵਲ ਹਸਪਤਾਲ ਦਸੂਏ ਦਾਖਲ ਕਰਾਇਆ ਉਹਨੂੰ। ਦੁਕਾਨਾਂ ਦਾ ਨੁਕਸਾਨ 2.5-3 ਲੱਖ ਦਾ ਹੈਗਾ। ਮੁੰਡੇ ਦੀ ਕੀ ਹਾਲਤ ਜੇਕਰ ਗੱਲ ਕਰੀਏ? ਮੁੰਡੇ ਦੀ ਕੰਡੀਸ਼ਨ ਖਰਾਬ ਹੀ ਹੈ। ਦੇਖੋ ਅਸੀਂ ਜੰਗ ਬਲੱਡ ਵਾਸਤੇ ਸਾਰੇ ਅਰੇਂਜ ਕਰ ਲਿਆ, ਜੇ ਮਾਲਕ ਦੀ ਮੌਜ ਹੋਈ ਸ਼ਾਇਦ ਬਚ ਹੀ ਜਾਏ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਦਸੇ ਦੇ ਕਾਰਨਾਂ ਦਾ ਜਾਂ ਕੀ? ਪ੍ਰਸ਼ਾਸਨ ਇਹ ਮੰਗ ਕਰਦੇ ਆ, ਗੱਡੀ ਨੰਬਰ ਦੇ ਜਿਹੜੇ ਬੰਦੇ ਡਰਾਈਵਰ 3 ਸੀ, 2 ਦੌੜ ਗਏ, 1 ਬੰਦਾ ਕਾਬੂ ਆ ਗਿਆ।